ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਕੋਈ ਨਾ ਕੋਈ ਹੱਲ ਕੱਢਾਂਗੇ ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਹਰ ਸਾਲ ਦੀ ਸਮੱਸਿਆ ਹੈ ਜਦੋਂ ਵੀ ਝੋਨੇ ਦੀ ਫਸਲ ਕੱਟ ਕੇ ਮੰਡੀਆਂ 'ਚ ਆ ਜਾਂਦੀ ਹੈ ਤਾਂ ਪਰਾਲੀ ਨੂੰ ਅੱਗ ਲਾਉਣ ਦੀ ਨੌਬਤ ਆ ਜਾਂਦੀ ਹੈ ਉਹ ਕਹਿੰਦੇ ਵੀ ਤੁਸੀਂ ਜਿਹੜਾ ਹਰ ਵਾਰ ਇਹ ਕਹਿ ਕੇ ਪੱਲਾ ਝਾੜ ਜਾਂਦੇ ਹੋ ਕਿ ਕਿਸਾਨਾਂ ਕਰਕੇ ਪਰਾਲੀ ਦਾ ਜਿਹੜਾ ਧੂਆਂ ਉਹ ਹੁੰਦਾ ਉਹਦੇ ਨਾਲ ਪ੍ਰੋਡਿਊਸ਼ਨ ਵੱਧਦਾ ਕੇਂਦਰ ਸਰਕਾਰ ਪੈਸੇ ਜਾਰੀ ਕਰਦੀ ਹੈ ਰਾਜਾਂ ਨੂੰ ਸਤੰਬਰ ਦੇ ਅਖੀਰ ਚ ਜੀ ਅਕਤੂਬਰ ਦੇ ਵਿੱਚ ਇਹ ਸਮੱਸਿਆ ਸ਼ੁਰੂ ਹੈ ਪਰਾਲੀ ਤੋਂ ਸਿਰਫ 4% ਜੀ ਪ੍ਰਦੂਸ਼ਣ ਹੁੰਦਾ ਹੈ ਜਿਹੜਾ ਵੱਧ ਪ੍ਰਦੂਸ਼ਣ ਆ ਪਤਾ ਕਾਦਾ ਜੀ ਜਿਹੜੇ ਆ ਸਮਾਂ ਬਹਾ ਚੁੱਕੇ ਬਾਹਨ ਤੁਰੇ ਫਿਰਦੇ ਆ ਜਿਹੜਾ ਪ੍ਰਧਾਨ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣ ਤੱਕ ਇਹ ਗੱਲਾਂ ਕਰਦਾ ਸੀ ਜੀ ਕਿ ਬਠਿੰਡੇ ਦੇ ਥਰਮਲ ਦੀਆਂ ਚਿਮਣੀਆਂ ਚੋਂ ਧੂਆ ਨਹੀਂ ਰੁਕ ਸਕਦਾ ਹੂੰ ਕਿੱਥੇ ਬੈਠੇ ਇੱਥੇ ਛੁਪ ਗਿਆ ਪੰਜਾਬ ਸਰਕਾਰ ਵੱਲੋਂ ਚੰਨੀ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਉਹ ਇਹ ਹੈ ਕਿ ਹਰਿਆਣਾ ਸਰਕਾਰ ਦੀ ਤਰਜ਼ ਦੇ ਉੱਤੇ ਨੌਕਰੀਆਂ ਦੇ ਵਿੱਚ ਪਹਿਲ ਦੇ ਆਧਾਰ ਤੇ ਪੰਜਾਬੀਆਂ ਨੂੰ ਮੌਕੇ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਇਹਨਾਂ ਲੋਕਾਂ ਦਾ ਕਹਿਣਾ ਕੁਛ ਹੈ ਕਰਨਾ ਕੁਛ ਹੈ ਹੂੰ 2013 ਦੇ ਵਿੱਚ 225 ਦੇ ਕਰੀਬ 200 ਤੋਂ ਵੱਧ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੱਡੇ ਭਰਤੀ ਕਰ ਲਿਆ ਆਪ ਦੀ ਸਿਕਿਉਰਿਟੀ ਦੇ ਵਿੱਚ ਉਹ ਸਾਰੇ ਪੰਜਾਬ ਤੋਂ ਬਾਹਰੋਂ ਜੀ 75 ਬੰਦੇ ਕੈਪਟਨ ਅਬਰਿੰਦਰ ਸਿੰਘ ਨੇ ਭਰਤੀ ਕਰ ਲਈ ਇਹ ਟੋਟਲ 300 ਆ ਹੂੰ ਉਹਨਾਂ ਨੇ ਕਰ ਲਈ ਇਹਦਾ ਜਵਾਬ ਕੋਈ ਨਹੀਂ ਪੰਜਾਬ ਦੀ ਪੁਲਿਸ ਹੂੰ ਸਭ ਤੋਂ ਅਹਿਮ ਤੇ ਇਹਨਾਂ ਨੇ ਇਹਨਾਂ ਨੂੰ ਡਰ ਲੱਗਦਾ ਪੰਜਾਬ ਵਾਲਿਆਂ ਤੋਂ ਬਾਹਰ ਦੇ ਪਾਸੋਂ ਭਰਤੀ ਕਰ ਲਈ ਜਿਲ੍ਹਾ ਸਾਹਿਬ ਕਿਸਾਨੀ ਸੰਕਟ ਕਿਸ ਦਿਨ ਕਿਤੇ ਆਉਂਦਾ ਨਜ਼ਰ ਆਉਂਦਾ ਹੁਣ ਡੀਏਪੀ ਦੀ ਜਿਹੜੀ ਘਾਟ ਉਹ ਵੀ ਕਿਸਾਨਾਂ ਵਾਸਤੇ ਪਰੇਸ਼ਾਨੀਆਂ ਦਾ ਸਬਬ ਬਣਦੀ ਹੋਈ ਨਜ਼ਰ ਆ ਰਹੀ ਐ ਦੇਖੋ ਜਿਹੜੀ ਪੰਜਾਬ ਸਰਕਾਰ ਆ ਉਹਦੀ ਜਿਹੜੀ ਉਮਰ ਆ 45 47 ਦੇ ਹੂੰ ਇਹਨਾਂ ਤੇ ਉੱਡਾ ਵੱਡਾ ਦੋਸ਼ ਨਹੀਂ ਦਿੱਤਾ ਜਾ ਸਕਦਾ ਜਿੰਨਾ ਪਿਛਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਤੇ ਜਾਂ ਤਾਂ ਤੇ ਖੁਦ ਖੇਤੀ ਵੜੀ ਉਹਨਾਂ ਨੂੰ ਜੀ ਹੂੰ ਮੈਨੂੰ ਲੱਗਦਾ ਕਿ ਕਿਸਾਨੀ ਸੰਘਰਸ਼ ਕਰਕੇ ਕੇਂਦਰ ਵਾਲੇ ਜਾਣ ਬੁੱਝ ਕੇ ਰਾਜਾਂ ਦੀ ਬਾਹਮ ਬਰੋੜਦੇ ਆ ਹੂੰ ਚਲੋ ਸਾਡੇ ਤਾਂ ਕਾਂਗਰਸ ਦੀ ਸਰਕਾਰ ਹਰਿਆਣਾ ਦੀ ਤਾਂ ਬੀਜੇਪੀ ਦੀ ਹੈ ਜੀ ਕੇਂਦਰ ਚ ਵੀ ਬੀਜੇਪੀ ਹੈ ਇਹ ਡੀਏਪੀ ਦੀ ਸਮੱਸਿਆ ਉੱਥੇ ਵੀ ਆਈ ਜੀ ਸਸ਼ੀਕਾਲ ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ ਤੇ ਚਰਚਾ ਦਾ ਹਿੱਸਾ ਬੰਦ ਨੇ ਸਾਡੇ ਨਾਲ ਸੀਨੀਅਰ ਐਡੀਟਰ ਜਸਪਾਲ ਸਿੰਘ ਟਿੱਲੋ ਟਿੱਲੋ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਸਰ ਤੁਹਾਡਾ ਜੀ ਬਹੁਤ ਸ਼ੁਕਰੀਆ ਸੰਧੂ ਸਾਹਿਬ ਬਹੁਤ ਮਿਹਰਬਾਨੀ ਟਿੱਲੋ ਸਾਹਿਬ ਪ੍ਰਾਲੀ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਲੀ ਦਾ ਮੁੱਦਾ ਹਰ ਵਾਰ ਹੀ ਖੜਾ ਹੋ ਜਾਂਦਾ ਇਸੇ ਦੇ ਚੱਲਦਿਆਂ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਕੋਈ ਨਾ ਕੋਈ ਹੱਲ ਕੱਢਾਂਗੇ ਪਰ ਅਜੇ ਤੱਕ ਕੋਈ ਵੀ ਹੱਲ ਨਹੀਂ ਨਿਕਲਿਆ ਹਰ ਸਾਲ ਦੀ ਸਮੱਸਿਆ ਹੈ ਜਦੋਂ ਵੀ ਝੋਨੇ ਦੀ ਫਸਲ ਕੱਟ ਕੇ ਮੰਡੀਆਂ 'ਚ ਆ ਜਾਂਦੀ ਹੈ ਤਾਂ ਪਰਾਲੀ ਨੂੰ ਅੱਗ ਲਾਉਣ ਦੀ ਨੌਬਤ ਆ ਜਾਂਦੀ ਹੈ ਕਿਸਾਨ ਵੀ ਬੇਬਸ ਨਜ਼ਰ ਆਉਂਦੇ ਨੇ ਇਸੇ ਦੇ ਚੱਲਦਿਆਂ ਹੁਣ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਜਿੰਨੇ ਵੀ ਖਾਸ ਤੌਰ ਦੇ ਉੱਤੇ ਪ੍ਰਾਲੀ ਵਾਲੇ ਸੂਬੇ ਨੇ ਜਿਨ੍ਹਾਂ ਦਾ ਧੂਆਂ ਦਿੱਲੀ ਤੱਕ ਮਾਰ ਕਰਦਾ ਹੈ ਗਵਾਂਡੀ ਸੂਬੇ ਨੇ ਦਿੱਲੀ ਦੇ ਉਹਨਾਂ ਦੇ ਜਿਹੜੇ ਮੁਖ ਸਕੱਤਰ ਨੇ ਉਹਨਾਂ ਨੂੰ ਬੁਲਾ ਕੇ ਪ੍ਰਾਲੀ ਦਾ ਮੁੱਦਾ ਜਲ ਤੋਂ ਜਲਦ ਹੱਲ ਕੀਤਾ ਜਾਵੇ ਕੱਲ ਮੀਟਿੰਗ ਸੱਦੀ ਗਈ ਹੈ ਮਾਜੋਗ ਸਰਵਉੱਚ ਸੁਪਰੀਮ ਕੋਰਟ ਹਮ ਉਹਨਾਂ ਦੇ ਮੁਖ ਜੱਜ ਸਾਹਿਬ ਐਨਵੀਰ ਮੰਨਾ ਜੀ ਜਸਟਿਸ ਸੂਰੀਆ ਕਾਂਤ ਹਮ ਇੱਕ ਜਸਟਿਸ ਹੋਰ ਨੇ ਉਹਨਾਂ ਦੇ ਨਾਲ ਇਹਨਾਂ ਨੇ ਬੈਂਚ ਨੇ ਬਹੁਤ ਵੱਡੀ ਪੱਧਰ ਤੇ ਫਟਕਾਰ ਪਈ ਆ ਵਿੱਚ ਦਿੱਲੀ ਸਰਕਾਰ ਜੀ ਕੇਂਦਰ ਸਰਕਾਰ ਉਹ ਕਹਿੰਦੇ ਵੀ ਤੁਸੀਂ ਜਿਹੜਾ ਹਰ ਬਾਰ ਇਹ ਕਹਿ ਕੇ ਪੱਲਾ ਝਾੜ ਜਾਂਦੇ ਹੋ ਹੂੰ ਕਿ ਕਸਨਾਂ ਕਰਕੇ ਪਰਾਲੀ ਦਾ ਜਿਹੜਾ ਧੂਆਂ ਉਹ ਆਉਂਦਾ ਉਹਦੇ ਨਾਲ ਪ੍ਰਦੂਸ਼ਣ ਵੱਧਦਾ ਹੂੰ ਜਿਹੜਾ ਪਰਾਲੀ ਦਾ ਧੂਆਂ ਇਹ 20-25 ਦਿਨ ਬਖਤੀ ਹੈ ਜੀ ਆਮ ਤੌਰ ਤੇ 15 ਅਕਤੂਬਰ ਤੋਂ ਲੈ ਕੇ ਹੂੰ 15 ਨਵੰਬਰ ਤੱਕ ਅਖਤੀ ਮੀਂਹ ਪੈ ਗਿਆ ਨਹੀਂ ਤਾਂ ਹੁਣ ਉਹ ਨਿਬੜ ਗਿਆ ਹੁੰਦਾ ਹੂੰ ਫਸਲਾਂ ਲੇਟ ਹੋ ਗਈਆਂ ਉਹ ਝੱਕ ਨਹੀਂ ਪ੍ਰਾਲੀ ਧੂਆਂ ਪੈਦਾ ਕਰਦੀ ਐ ਹੂੰ ਪਰ ਇਹਦੇ ਵਿੱਚ ਸਰਕਾਰਾਂ ਹੱਥ ਤੇ ਹੱਤ ਪਰ ਕੇ ਦੇਤੀਆਂ ਨੇ ਕਰੋੜਾਂ ਅਰਬਾਂ ਰੁਪਈਆ ਦੀ ਲੁੱਟਾਈ ਹੋਰ ਪਾਸੇ ਕਰਾਈ ਜਾ ਰਹੀ ਐ ਹੂੰ ਇਹਦੇ ਵਿੱਚ ਮੈਂ ਸਮਝਦਾ ਕਿ ਜਿਹੜਾ ਖਦਮ ਹੋਣ ਚੁੱਕਿਆ ਵੱਡਾ ਡੰਡਾ ਸੁਪਰੀਮ ਕੋਰਟ ਨੇ ਹੂੰ ਕਿ ਕੇਂਦਰ ਨੂੰ ਆਦੇਸ਼ ਦਿੱਤੇ ਨੇ ਕਿ ਦਿੱਲੀ ਹਰਿਆਣਾ ਹੂੰ ਪੰਜਾਬ ਯੂਪੀ ਜੀ ਕੇਂਦਰ ਸਰਕਾਰ ਦੇ ਵੀ ਹੂੰ ਤੇ ਆ ਜਿਹੜਾ ਗ੍ਰੀਨ ਟ੍ਰਿਬਿਊਨਲ ਹੈ ਹੂੰ ਇਹਦੇ ਸਬੰਧ ਇਹ ਚਾਰੇ ਪੰਜੇ ਰਾਜਾਂ ਦੇ ਮੁੱਖ ਸਿਕਤਰਾਂ ਨੂੰ ਸਦੋ ਕਾਨੂੰ ਜੀ ਪਹਿਲਾਂ ਤਾਂ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਪਿਛਲੀ ਵਾਰੀ ਵੀ ਉਹ ਵਾਅਦਾ ਕਰਕੇ ਗਏ ਸੀ ਅੱਜ ਤੱਕ ਕਰ ਕੀਤਾ ਕੀ ਹੈ ਹੂੰ ਤੁਸੀਂ ਹੈਰਾਨ ਹੋਵੋਗੇ ਜੀ ਜੇ ਇਹਨਾਂ ਨੇ 2022 ਦੇ ਵਿੱਚ ਇਸ ਪਰਾਲੀ ਨਾਲ ਨਿਵੇੜਨਾ ਤਾਂ ਅੱਜ ਤੋਂ ਸ਼ੁਰੂ ਕਰਨਾ ਪਵੇਗਾ ਹੂੰ ਕੇਂਦਰ ਸਰਕਾਰ ਪੈਸੇ ਜਾਰੀ ਕਰਦੀ ਆ ਰਾਜਾਂ ਨੂੰ ਸਤੰਬਰ ਦੇ ਅਖੀਰ ਚ ਜੀ ਅਕਤੂਬਰ ਦੇ ਵਿੱਚ ਇਹ ਸਮੱਸਿਆ ਸ਼ੁਰੂ ਹੈ। ਹੂੰ। ਵੀ ਮਸ਼ੀਨਾ ਲੈ ਲੋ ਜੀ। ਸਰਕਾਰ ਕਹਿੰਦੀ ਹੈ ਕਿ ਅਸੀਂ ਮਸ਼ੀਨਾ ਉਹ ਜਿਹੜਾ ਸਬਸਿਡੀ ਵਾਲੀਆਂ ਮਸ਼ੀਨਾ ਨੇ ਉਹਦੇ ਵਿੱਚ ਫੈਕਟਰੀਆਂ ਵਾਲਿਆਂ ਨੇ ਤੇ ਇਹਨਾਂ ਨੇ ਸਰਕਾਰ ਤੇ ਅਧਿਕਾਰੀਆਂ ਨੇ ਰਲ ਕੇ ਹੂੰ ਉਹ ਜਿੰਨੀ ਸਬਸਿਡੀ ਆ ਉਹਨੇ ਕੀਮਤ ਚੱਕਤੀ ਉਹਦੀ ਮਸ਼ੀਨਾ ਦੀ। ਹੂੰ। ਪ੍ਰਾਈਵੇਟ ਤੌਰ ਤੇ ਉਹ ਮਸ਼ੀਨਾ ਤੁਹਾਨੂੰ ਸਸਤੀਆਂ ਮਿਲਦੀਆਂ ਨੇ। ਜੇ ਤੁਸੀਂ ਸਬਸਿਡੀ ਵਾਲੀ ਲੈਣੀ ਹੈ ਤਾਂ ਉਹਦੇ ਵਿੱਚ ਹਿੱਸਾ ਪੱਤੀਆਂ ਨੇ ਜਿਹੜੀਆਂ ਉਹ ਜਾਂਦਗਾ ਨੇ। ਹੂੰ। ਮੈਨੂੰ ਕਈ ਕਿਸਾਨ ਮਿਲੇ ਉਹ ਕਹਿੰਦੇ ਵੀ ਢੱਲੋਂ ਸਾਹਿਬ ਤੁਸੀਂ ਬਹੁਤ ਸ਼ਿੱਦਤ ਨਾਲ ਇਸ ਮਸਲੇ ਨੂੰ ਚੱਕਦੇ ਹੋ ਸਾਡੇ ਨਾਲ ਵੀ ਕੱਢਦੇ ਹੋ ਹਮ ਮੈਂ ਸਮਝਦਾ ਕਿ ਜਿਹੜਾ ਵੱਡਾ ਕਿਸਾਨ ਆ ਉਹ ਸਾਂਭ ਸਕਦਾ ਹੈ ਹਮ ਇਹਦੇ ਵਿੱਚ ਨਾ ਕਲਸਟਰ ਬਣਾਉਣ ਦੀ ਜ਼ਰੂਰਤ ਹੈ ਜੀ ਵੱਡੇ ਕਿਸਾਨ ਕੋਲ ਤਾਂ ਟਰੈਕਟਰ ਹੈਗੇ ਨੇ ਛੋਟਾ ਕਿਸਾਨ ਨਹੀਂ ਕਰ ਸਕਦਾ ਛੋਟੇ ਕਿਸਾਨ ਦੀ ਮਜਬੂਰੀ ਹੈ ਕਣਕ ਨੇੜੇ ਉਹਨਾਂ ਤਾਂ ਕਣਕੇ ਬੀਜਣੀਆਂ ਜਿਨ੍ਹਾਂ ਨੇ ਆਲੂ ਬੀਜਣੇ ਉਹ ਕਲਸਟਰ ਜਦੋਂ ਬਣ ਜਾਵੇਗਾ ਜਾਤਾਪੁਰ ਸੁਸਾਇਟੀਆਂ ਦੇ ਵਿੱਚ ਮਸ਼ੀਨਾਂ ਦੇ ਦਿਓ ਵੱਡੇ ਟਰੈਕਟਰ ਦੇ ਦਿਓ ਜਿੰਨੀ ਇੱਕ ਪਿੰਡ ਦੀ ਸਮਰਥਾ ਹੈ ਇੱਕ ਹਫ਼ਤੇ ਦੀ ਜੀ ਵੀ ਉਸ ਤੋਂ 10 15% ਵਧਾ ਕੇ ਦਿਓ ਹੂੰ ਜੇ ਇੱਕ ਪਿੰਡ 7 ਦਿਨਾਂ ਦੇ ਵਿੱਚ ਸਾਰੀ ਪਰਾਲੀ ਖਤਮ ਕਰ ਸਕਦਾ ਹੈ ਤਾਂ ਉਹਨੂੰ ਵਧਾ ਕੇ ਦਿਓ ਕਿ ਉਹ 10 ਦਿਨਾਂ ਦੇ ਵਿੱਚ ਇਹਨੂੰ ਕਰ ਲਵੇ ਉਹਦੇ ਕੋਲ ਮਸ਼ੀਨਰੀ 10% ਜ਼ਿਆਦਾ ਦਿਓ ਜੀ ਤਾਂ ਕਿ ਉਸ ਸਮੇਂ ਦੇ ਵਿੱਚ ਨਿਬੜ ਜਾਵੇ ਹੂੰ ਔਰ ਦੂਜਾ ਚੀਜ਼ ਹੈ ਕਿ ਜਿਹੜੇ ਪੈਸੇ ਇਹ ਨਾ ਮਸ਼ੀਨਰੀ ਤੇ ਗਾਲ ਰਹੇ ਨੇ ਹੂੰ ਉਹਨੇ ਪੈਸਾ ਕਿਸਾਨ ਨੂੰ ਹੀ ਦੇ ਦਿਓ ਜੀ ਆਪਾਂ ਗੱਲ ਕਰਦੇ ਆ ਅਕਸਰ ਵੀ ਜੇ 100 ਰੁਪਿਆ ਕੁਆਂਟਲ ਦੇ ਦਿਓ ਹੂੰ ਜੇ ਮੰਨ ਲਓ 35 ਕੁਆਂਟਲ ਨਿਕਲੀ ਤਾਂ ਕਿਸਾਨ ਨੂੰ 3500 ਰੁਪਏ ਮਿਲ ਗਿਆ ਬਿਲਕੁਲ ਤੇ ਕਿਸਾਨ ਉਹਦਾ ਪ੍ਰਬੰਧ ਕਰ ਲਵੇਗਾ ਹੂੰ ਤੀਜੀ ਗੱਲ ਕਿ ਜ਼ਿਲ੍ਹਾ ਪੱਦਰ ਦੇ ਉੱਤੇ ਛੋਟੇ-ਛੋਟੇ ਤਾਪ ਬਿਜਲੀ ਘਰ ਲਾ ਦਿਓ ਹੂੰ ਆ ਮੌਜੂਦਾ ਸਰਕਾਰ ਨੇ ਬਠਿੰਡੇ ਵਾਲੇ ਨੂੰ ਤਾਪ ਬਿਜਲੀ ਘਰ ਚ ਕਨਵਰਟ ਕਰਨ ਨੂੰ ਕਿਹਾ ਸੀ ਬਦਲਾਉਣ ਨੂੰ ਹੂੰ ਪਿਛਲੀ ਸਰਕਾਰ ਬਾਦਲ ਸਾਹਿਬ ਦੀ 750 ਕਰੋੜ ਰੁਪਈਆ ਲਾ ਗਈ ਜੀ ਹੁਣ ਇਸ ਤਰ੍ਹਾਂ ਦੇ ਉੱਤੇ ਇੱਕ ਪਟੀਸ਼ਨ ਪਾਉਣੀ ਚਾਹੀਦੀ ਹੈ ਦੁਨਾਂ ਨੂੰ ਪਾਰਟੀ ਬਣਾਓ ਮੌਜੂਦਾ ਜਿਹੜੀ ਕੈਪਟਨ ਬ੍ਰਿੰਦਰ ਸਿੰਘ ਲੰਘੀ ਸਰਕਾਰ ਜੀ ਤੇ ਬਾਦਲ ਸਾਹਿਬ ਦੀ ਸਰਕਾਰ ਹੂੰ ਉਹਨਾਂ ਨੇ 750 ਖਰਚੇ ਤਾਂ ਕਿਉਂ ਖਰਚਿਆ ਇਹਦਾ 30 ਤੱਕ 2030 ਤੱਕ ਭਾਪ 10 ਸਾਲ ਹੋਰ ਵਾਸਤੇ ਨਿਬਿਆਲਿਆ ਸੀ ਇਹ 750 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦਾ ਖੂਨ ਪਸੀਨੇ ਦਾ ਟੈਕਸ ਹੂੰ ਪਾਣੀ ਵਗੂ ਬਹਾਤਾ ਤਾਂ ਉਹ ਸਰਕਾਰ ਇਹਨਾਂ ਦੇ ਉੱਤੇ ਪਿਛਲੀ ਸਰਕਾਰ ਬਾਦਲ ਸਾਹਿਬ ਦੀ ਜੀ ਅਮਰਿੰਦਰ ਸਿੰਘ ਦੀ ਸਰਕਾਰ ਤੇ ਇਸ ਗੱਲ ਦੀ ਪਟੀਸ਼ਨ ਪਾ ਕੇ ਹਾਈ ਕੋਰਟ ਚ ਕੇਸ ਕਰੇ ਹੂੰ ਕਿ ਅਸੀਂ 750 ਕਰੋੜ 2030 ਤੱਕ ਖਰਚਿਆ ਸੀ ਜੀ ਤੇ ਤੁਸੀਂ ਉਹਦਾ ਭੋਗ ਪਾਤਾ ਹੂੰ ਗੁਰੂ ਨਾਨਕ ਦੇਵ ਜੀ ਨੂੰ ਤਾਂ ਮੰਨਦੇ ਆਂ ਉਹਨਾਂ ਦਾ 550 ਸਾਲਾ ਉਹਨਾਂ ਦਾ 500 ਸਾਲਾ ਸੀ 1969 ਚ ਹੂੰ ਕਿਉਂਕਿ ਗੁਰੂ ਸਾਹਿਬ ਦਾ ਜਨਮ 1469 ਚ ਹੋਇਆ ਸੀ ਜੀ 1969 ਦੇ ਵਿੱਚ ਇਸ ਜਿਹੜਾ ਤਾਪ ਬਿਜਲੀ ਘਰ ਆ ਬਠਿੰਡੇ ਦਾ ਗੁਰੂ ਨਾਨਕ ਦੇਵ ਤਾਪ ਬਿਜਲੀ ਘਰ ਹੂੰ ਗੁਰੂ ਨਾਨਕ ਦੇਵ ਜੀ ਦੇ 500 ਸਾਲੇ ਦੇ ਉੱਤੇ ਇਹਨੂੰ ਜਿਹੜਾ ਸੀਗਾ ਉਹ ਸਥਾਪਿਤ ਕੀਤਾ ਸੀ ਬਣਾਇਆ ਗਿਆ ਸੀ ਤੇ ਜਦੋਂ 550 ਸਾਲ ਆਇਆ ਕਹਿ ਕੇ ਵੀ ਇਹਦਾ ਭੋਗ ਪਾਤਾ ਕਿਉਂਕਿ ਉਹ ਮਹਿੰਗੀ ਜ਼ਮੀਨ ਇਨਾ ਵੱਡੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਦੀ ਐ ਹੂੰ ਜਿਹੜਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣ ਤੱਕ ਇਹ ਗੱਲਾਂ ਕਰਦਾ ਸੀ ਕਿ ਬਠਿੰਡੇ ਦੇ ਥਰਮਲ ਦੀਆਂ ਚਿਮਣੀਆਂ 'ਚੋਂ ਧੂਆ ਨਹੀਂ ਰੁੱਕ ਸਕਦਾ ਹੂੰ ਉਹ ਕਿੱਥੇ ਬੈਠਾ ਕਿੱਥੇ ਛੁਪ ਗਿਆ ਜੀ ਅੱਜ ਵੀ ਇੱਥੇ ਤੁਰਿਆ ਫਿਰਦਾ ਜਿਹੜਾ ਬਿਜਲੀ ਮੰਤਰੀ ਸੀ ਗੁਰਪ੍ਰੀਤ ਸਿੰਘ ਕਾਂਗੜ ਹੂੰ ਉਹਨੇ ਕਿਹਾ ਸੀ ਕਿ ਅਸੀਂ ਇਹਨੂੰ ਪਰਾਲੀ ਆਧਾਰ 'ਤੇ ਚਲਾਵਾਂਗੇ ਜੀ ਜੇ ਸਾਡੇ ਤਾਪ ਬਿਜਲੀ ਘਰਾਂ ਦੇ ਨੇ ਪ੍ਰਾਈਵੇਟ ਨੇ ਤੇ ਤਿੰਨੀ ਇੱਥੇ ਸਰਕਾਰੀ ਨੇ ਹੂੰ ਇਹਨਾਂ ਦਾ ਇੱਕ ਇੱਕ ਯੂਨਿਟ ਵੀ ਅਪਰਾਧਤਾ ਇਹਦੇ ਤੇ ਪਰਾਲੀ ਤੇ ਚਲਾ ਦਿੱਤਾ ਜਾਵੇ ਤਾਂ ਇੱਕ ਵੀ ਪਰਾਲੀ ਵੇਚਣ ਦੀ ਰੋੜ ਨਹੀਂ ਕਿੱਲੋ ਵੀ ਜੀ ਸਾਰੀ ਪਰਾਲੀ ਦੀ ਇੱਥੇ ਵਰਤੂ ਹੋ ਜੂਗੀ ਜਿਹੜਾ ਹੁਣ ਜਲਵਾਜੂ ਸੰਬੰਧੀ ਬਿਸ਼ਪ ਪੰਦਰੀ ਕਾਨਫਰੰਸ ਹੋਈ ਹੈ ਉਹਦੇ ਵਿੱਚ ਵੀ ਇਹ ਘਟਾਇਆ ਕਿਹਾ ਗਿਆ ਕਿ ਕੋਲੇ ਤੋਂ ਨਿਰਭਰਤਾ ਘਟਾਈ ਜਾਵੇ ਹੂੰ ਇਹ ਸੋਲਰ ਤੇਰੇ ਅਤਾ ਜਾਵੇ ਸੋ ਸੂਰਜੀ ਊਰਜਾ ਤੇ ਲਿਆਂਦਾ ਜਾਵੇ ਸੋਰ ਊਰਜਾ ਦਾ ਪਿਛਲੀ ਸਰਕਾਰ 17 ਰੁਪਏ 38 ਪੈਸੇ ਤੇ ਸਮਝੌਤਾ ਕਰ ਗਈ ਤੇ ਤਾਜ਼ਾ ਜਿਹੜੀ ਮੌਜੂਦਾ ਸਰਕਾਰ ਆ ਉਹਨੂੰ ਤਾਜ਼ਾ ਟੈਂਡਰ ਆਇਆ 2 ਰੁਪਏ 38 ਪੈਸੇ ਇਹ ਫਿਰ 15 ਰੁਪਏ ਲੋਕਾਂ ਦਾ ਖੂਨ ਹੀ ਪੀਤਾ ਨਾ ਸੋ ਕਹਿੰਦੇ ਇਹ ਨੇ ਉੱਚੇ ਉੱਚੀਆਂ ਬਾਹਾਂ ਕਰਕੇ ਕਿ ਇਹ ਸਮਝੌਤੇ ਨਹੀਂ ਰੱਦ ਹੋ ਸਕਦੇ ਜੀ ਕਿਉਂਕਿ ਤੁਹਾਨੂੰ ਪਤਾ ਹੈ ਤੁਹਾਡੀਆਂ ਹਿੱਸਾ ਪੱਤੀਆਂ ਹੋਣਗੀਆਂ ਜਿਹੜੇ ਦੋਸ਼ ਲੱਗਦੇ ਆ ਤੁਹਾਡੇ ਤੇ ਸੋ ਪਰਾਲੀ ਦੇ ਉੱਤੇ ਕੱਲ ਨੂੰ ਇਹ ਸਾਰੇ ਚੀਫ ਸੈਕਟਰੀ ਬੁਲਾਏ ਨੇ ਇਹਨਾਂ ਤੋਂ ਪੁੱਛਿਆ ਜਾਵੇਗਾ ਕਿ ਤੁਸੀਂ ਹੁਣ ਤੱਕ ਕੀਤਾ ਕੀ ਹੈ ਔਰ ਅੱਗੇ ਵਾਸਤੇ ਕੀ ਕਰ ਰਹੇ ਹੋ ਮਾਨਯੋਗ ਸਰਵਉੱਚ ਅਦਾਲਤ ਇਹ ਫੈਸਲਾ ਲੈ ਲਵੇ ਤੇ ਇਹਨਾਂ ਨੂੰ ਆਦੇਸ਼ ਦੇਵੇ 2022 ਤੱਕ ਅਸੀਂ ਪਰਾਲੀ ਤੋਂ ਮੁਕਤ ਕਰਨਾ ਇੱਕ ਨਵੀਂ ਰਿਪੋਰਟ ਵੀ ਆਈ ਹੈ ਕਿ ਪਰਾਲੀ ਤੋਂ ਸਿਰਫ 4% ਜੀ ਪ੍ਰਦੂਸ਼ਣ ਹੁੰਦਾ ਹੈ ਜਿਹੜਾ ਵੱਧ ਪ੍ਰਦੂਸ਼ਣ ਆ ਪਤਾ ਕਹਦਾ ਜੀ ਜਿਹੜੇ ਆ ਸਮਾਂ ਬਹਾ ਚੁੱਕੇ ਬਾਹਨ ਤੁਰੇ ਫਿਰਦੇ ਆ ਹੂੰ ਆਪਣੇ ਸ਼ਹਿਰ ਦੇ ਵਿੱਚ ਦੇਖ ਲਓ ਪੰਜਾਬ ਦੇ ਵਿੱਚ ਦੇਖ ਲਓ ਹਰਿਆਣਾ ਵਿੱਚ ਦੇਖ ਲਓ ਹੂੰ ਅੱਜ ਕੱਲ ਗੱਲਾ ਸਿਸਟਮ ਚੱਲਦਾ ਗੱਲਾ ਸਿਸਟਮ ਕੀ ਹੁੰਦਾ ਹੂੰ ਜਦੋਂ ਹਾੜੀ ਤੇ ਸੌਣੀ ਦੇ ਵਿੱਚ ਕਣਕ ਤੇ ਝੋਨੇ ਦੀ ਢੋਆ ਢੋਈ ਕਰਨੀ ਹੋਵੇ ਉਹਨੂੰ ਇਹ ਟਰੱਕ ਜੁਨਨ ਆਪਣੇ ਭਾਸ਼ਾ ਦੇ ਵਿੱਚ ਗੱਲਾ ਸਿਸਟਮ ਕਹਿੰਦੇ ਨੇ ਜੀ ਤੇ ਹੁਣ 1967 ਵਾਲੇ ਦੇ ਟਰੱਕ ਤੁਰੇ ਫਿਰਦੇ ਆ ਹੈ ਤਾਂ ਉਹਨਾਂ ਦਾ 15 ਸਾਲ ਨਾ ਉਹਨਾਂ ਦੇ ਬ੍ਰੇਕ ਹੈ ਨਾ ਉਹ ਟੈਕਨੋਲੋਜੀ ਹੈ ਤੇ ਜਿੰਨੇ ਦਿੱਲੀ ਦੇ ਵਿੱਚੋਂ ਤਿੰਨ ਪਹੀਆ ਵਾਹਨ ਮਾਨਯੋਗ ਸੁਪਰੀਮ ਕੋਰਟ ਦੇ ਕਹਿਣ ਤੇ ਬਾਹਰ ਕੱਢੇ ਸੀ ਉਹ ਆਪਣੇ ਸ਼ਹਿਰ ਚ ਤੁਰੇ ਫਿਰਦੇ ਆ ਇਹ ਉਹ ਪ੍ਰਦੂਸ਼ਣ ਦਾ ਫਲਾਉਂਦੇ ਹੀ ਬਲਾਉਂਦੇ ਨੇ ਤੇ ਉਹਨਾਂ ਦੀਆਂ ਲਾਈਟਾਂ ਵੀ ਹੈ ਨਹੀਂ ਕਿਸੇ ਦੇ ਕਦੋਂ ਵੀ ਹਾਦਸਾ ਵਾਪਰ ਸਕਦਾ ਲਾਇਸੈਂਸ ਵੀ ਹੈ ਨਹੀਂ ਕਈਆਂ ਦੇ ਲਾਇਸੈਂਸ ਵੀ ਹੈ ਨਹੀਂ ਗੇ ਇਹ ਵਾਹਨ ਦੰਦਲਾਉਦੇ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਹਰਿਆਣਾ ਦੇ ਵਿੱਚ ਤੁਰੇ ਫਿਰਦੇ ਆ ਇਹ ਪੈਦਾ ਕਰਦੇ ਨੇ ਨਵੀਆਂ ਇਮਾਰਤਾਂ ਬਣਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਹਵਾ ਦਾ ਕਣ ਹੈ ਬਹੁਤ ਵੱਡੀ ਪੱਧਰ ਤੇ ਜਾਂਦਾ ਹੈ ਹੁਣ ਮੈਂ ਜੇ ਅੰਕੜੇ ਸਾਂਝੇ ਕਰਾਂ ਤੁਹਾਡੇ ਨਾਲ ਜੀ 13 ਤਰੀਕ ਦਾ ਦਿੱਲੀ ਦਾ ਪ੍ਰੋਡੂਸ਼ਨ ਪਰਸੋਂ ਦਾ ਹੂੰ 447 ਹੈ ਹੂੰ ਪੰਜਾਬ ਦੇ ਵਿੱਚ ਦੋ ਸ਼ਹਿਰਾਂ ਨੂੰ ਛੱਡ ਦਿਓ ਮੁਕਸਰ ਤੇ ਬਰਨਾਲੇ ਦੇ ਵਿੱਚ ਪਰਸੋਂ 464 ਸੀ ਹੂੰ ਤੇ ਬਾਕੀ ਅੰਮ੍ਰਿਤਸਰ 272 ਚੰਡੀਗੜ 126 ਹੂੰ ਬਠਿੰਡਾ 181 ਲੁਧਿਆਣਾ 215 ਜੀ ਪਟਿਆਲਾ 268 ਮੰਡੀ ਗਵਿੰਦਗੜ 268 ਜਲੰਧਰ 258 ਹੂੰ ਤੇ ਸੰਗਰੂਰ 182 ਸੀ ਹੁਣ ਪਰ ਤੁਸੀਂ ਦੱਸੋ ਵੀ ਪੰਜਾਬ ਇਹਦੇ ਲਈ ਕਿਵੇਂ ਦੋਸ਼ੀ ਬਣ ਗਿਆ ਉਹਨਾਂ ਨੇ ਕਿਹਾ ਵੀ ਇਹਦਾ 4% ਹੈ ਜਦੋਂ ਆ ਹੁਣ ਪਰਸੋਂ ਤੋਂ ਬਾਅਦ ਜੀ ਜਾਂ 10 ਦਿਨ ਹੋਰ ਕਰ ਲੋ ਇੱਕ ਹਫਤਾ ਕਰ ਲੋ ਅੱਜ ਤਰੀਕਾ 15 22 ਤਰੀਕ ਤੋਂ ਬਾਅਦ ਇਹ ਜਿਹੜੀ ਪਰਾਲੀ ਸੜਨ ਦਾ ਬਿਲਕੁਲ ਬੰਦ ਹੋ ਜਾਈਗਾ ਜੇ ਉਦੋਂ ਬਾਅਦ ਵੀ ਦਿੱਲੀ ਦਾ ਪ੍ਰਦੂਸ਼ਣ ਦਾ ਅੰਕੜਾ ਉੱਪਰ ਹੈ ਤਾਂ ਫਿਰ ਅਸੀਂ ਜ਼ਿੰਮੇਵਾਰ ਹੈ ਇਹ ਸਾਰੇ ਵਾਰ ਹਵਾ ਪੰਜਾਬ ਵਾਲੇ ਪਾਸੇ ਉਧਰ ਨੂੰ ਜਾਂਦੀ ਹੈ ਹਮ ਕਦੇ ਪੂਰਬ ਤੋਂ ਪੱਛਮ ਨੂੰ ਵੀ ਆਉਂਦੀ ਹੈ ਉਦੋਂ ਤਾਂ ਲਾਹੌਰ ਵਾਲੇ ਪਾਸੇ ਨੂੰ ਜਾਂਦੀ ਹੈ ਉਹਨਾਂ ਨੇ ਤਾਂ ਕਦੇ ਕਿਹਾ ਨਹੀਂ ਹਮ ਕਿ ਸਾਡੇ ਆਲੇ ਮਾਮਲੇ ਦੇ ਵਿੱਚ ਜ਼ਿਆਦਾ ਜਿਹੜੇ 10 ਸ਼ਹਿਰ ਨੇ ਬੇਸ਼ਬ ਦੇ ਉਹਦੇ ਵਿੱਚੋਂ ਇਹ ਦਿੱਲੀ ਜਿਹੜਾ ਹੈਗਾ ਉਹ ਪਹਿਲੇ ਨੰਬਰ ਤੇ ਹੈ ਦੀਵਾਲੀ ਦੇ ਮੌਕੇ ਦੇ ਉੱਤੇ ਹਮ ਜਿਹੜਾ ਅੰਕੜਾ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਜੇ 50 ਤੱਕ ਰਹੇ ਹਵਾ ਗੁਣਵਤਾ ਸੂਚਕ ਅੰਕ ਜਿਹਨੂੰ AQI ਕਹਿੰਦੇ ਆ ਏਅਰ ਕੁਆਲਿਟੀ ਇੰਡੈਕਸ ਹਮ ਤਾਂ 50 ਤੱਕ ਉਹਨੂੰ ਸਿਹਤਮੰਦ ਮੰਨਿਆ ਗਿਆ ਜੀ ਜੇ 50 ਤੋਂ 51 ਚ ਜਾਂਦਾ ਉਹਨੂੰ ਸੰਤੁਸ਼ਟੀ ਜਨਕ ਕਹਿੰਦੇ ਆ ਜੇ ਇਹੀ ਅੰਕੜਾ 101 ਤੋਂ 200 ਤੱਕ ਜਾਂਦਾ ਤਾਂ ਉਹਨੂੰ ਮੋਡਰੇਟ ਕਹਿੰਦੇ ਨੇ ਹੂੰ ਤੇ ਜੇ ਇਹ 201 ਤੋਂ 300 ਚ ਜਾਂਦਾ ਤਾਂ ਉਹਨੂੰ ਪੂਰ ਮਾੜਾ ਕਹਿੰਦੇ ਨੇ ਜੀ ਜੇ 301 ਤੋਂ 400 ਚ ਜਾਂਦਾ ਤਾਂ ਉਹਨੂੰ ਵੈਰੀ ਪੂਰ ਬਹੁਤ ਮਾੜਾ ਕਹਿੰਦੇ ਨੇ ਤੇ ਜਿਹੜਾ ਅੰਕੜਾ 400 ਪਾਰ ਕਰ ਜਾਂਦਾ 500 ਤੱਕ ਜਾਂਦਾ ਉਹਨੂੰ ਸਵियर ਭਾਪ ਇਹ ਯਾਨੀ ਸ਼ਬਦ ਵਰਤਿਆ ਗੰਭੀਰ ਸ਼੍ਰੇਣੀ ਹੂੰ ਉਹ ਗੰਭੀਰ ਸ਼੍ਰੇਣੀ ਉਹਨੂੰ ਮੰਨਿਆ ਗਿਆ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਕਿ ਜੇ ਉਹ ਗੰਭੀਰ ਸ਼੍ਰੇਣੀ ਦੇ ਵਿੱਚ ਜਾਂਦਾ ਹੈ ਹੂੰ ਤਾਂ ਦੀਵਾਲੀ ਤੇ ਦਿਨਾਂ ਦੇ ਆਸ-ਪਾਸ ਦਿੱਲੀ ਦਾ ਅੰਕੜਾ 700 ਤੋਂ ਪਾਰ ਸੀ ਫਿਰ ਉਹਨੂੰ ਕੀ ਕਹਾਂਗੇ ਹੂੰ ਅਦਾਲਤ ਨੇ ਟਿੱਪਣੀ ਸਖਤ ਕੀਤੀ ਹੈ ਕਿ ਹੁਣ ਲੋਕ ਬੈੱਡਰੂਮ 'ਚ ਬਹਿ ਕੇ ਵੀ ਮਾਸਕ ਪਾ ਕੇ ਲੈਣ ਹੂੰ ਤੁਸੀਂ ਕਰਦੇ ਕਿਉਂ ਇਸੇ ਕਰਕੇ ਹਰਿਆਣਾ ਨੇ ਵੀ ਸਕੂਲ ਬੰਦ ਕਰਤੇ ਹੂੰ ਦਿੱਲੀ ਨੇ ਸਕੂਲ ਬੰਦ ਕਰਤੇ ਤੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਕਹਤਾ ਤੁਸੀਂ ਘਰਾਂ ਚੋਂ ਕੰਮ ਕਰੋ ਤਾਂ ਕਿ ਵਾਹਨ ਪ੍ਰਦੂਸ਼ਣ ਕੁਸ਼ਦ ਤੱਕ ਘਟੇ ਸੋ ਜਿਵੇਂ ਮਾਨਯੋਗ ਅਦਾਲਤ ਨੇ ਡੰਡਾ ਚੱਕਿਆ ਇਹ ਨੂੰ ਫਿਰ ਲਗਾਤਾਰ ਰੱਖਣਾ ਪਊਗਾ ਨਹੀਂ ਤਾਂ ਜਦੋਂ ਮੜੀ ਜੀ ਰੱਸੀ ਢਿੱਲੀ ਕਰਤੀ ਤੇ ਇਹਨਾਂ ਨੇ ਫੇਰ ਥਾਂ ਛਾਪ ਲ ਜਾਣਾ ਜੀ ਤਦੋਂ ਸਭ ਗੱਲ ਕੀਤੀ ਜਾਵੇ ਸਿਆਸਤ ਦੀ ਤਾਂ ਖਾਸ ਤੌਰ ਤੇ ਪੰਜਾਬ ਦੀ ਸਿਆਸਤ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਦਲਦੀ ਹੋਈ ਨਜ਼ਰ ਆ ਰਹੀ ਹੈ ਰੋਜ਼ਾਨਾ ਨਵੇਂ ਸਿਆਸੀ ਸਮੀਕਰਨ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸੇ ਦੇ ਚੱਲਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਮਲਕੀਤ ਸਿੰਘ ਬੀਰਮੀ ਦੀ ਲੋਕ ਹਿੱਤ ਪਾਰਟੀ ਦੇ ਨਾਲ ਗੱਠਜੋੜ ਕਰਨਗੇ ਸਮਝੌਤਾ ਕਰਨਗੇ ਦੇਖੋ ਸਿਆਸੀ ਆਗੂਆਂ ਨੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਗੱਠਜੋੜ ਕਰਨਾ ਹੁੰਦਾ ਹੈਗਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਬੜੇ ਸੀਨੀਅਰ ਆਗੂਆਂ ਕਾ ਅਕਾਲੀ ਦਲ ਦੇ ਸਖਤਰ ਜਰਨਲ ਦੇ ਅਹੁਦੇ ਤੇ ਰਹੇ ਸੀ ਜੇ ਕੋ ਪਹਿਲੀ ਵਾਰ ਸਖਤਰ ਜਰਨਲ ਸ਼ਰੋਨੀ ਅਕਾਲੀ ਦਲ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਣਿਆ ਸੀ ਤਾਂ ਉਹ ਸੁਖਦੇਵ ਸਿੰਘ ਢੀਡਸਾ ਸਾਹਿਬ ਜੀ ਮਤਭੇਦ ਹੋ ਗਏ ਉਹਨਾਂ ਦੀ ਨੂੰ ਜਿਹੜੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਸਹੀ ਨਹੀਂ ਲੱਗੀ ਜੀ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦੇ ਤਰੀਕੇ ਦੇ ਉੱਤੇ ਮਤਭੇਦ ਹੋ ਗਏ ਪਾਸੇ ਹੋ ਗਏ ਹੂੰ ਤਾਂ ਮਲਕੀਤ ਸਿੰਘ ਬੀਰਵੀ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਜੀ ਵੱਡੇ ਆਗੂ ਨੇ ਹਮ ਉਹਨਾਂ ਨੇ ਇੱਕ ਪਾਰਟੀ ਬਣਾਈਆ ਲੋਕਤਪਾਰਟੀ ਹਮ ਤਾਂ ਸੁਖਦੇਵ ਸਿੰਘ ਢੀਂਡਸਾ ਹੋਰ ਆਨੇ ਇਸ ਲੋਕਤਪਾਰਟੀ ਦੇ ਨਾਲ ਅੱਜ ਸਮਝੌਤਾ ਕਰ ਲਿਆ ਹਮ ਇਹ ਦੋਹੇ ਪਾਰਟੀਆਂ ਰਲ ਕੇ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ ਇਹਦਾ ਨਤੀਜਾ ਕੀ ਨਿਕਲਦਾ ਹੈ ਤਾਂ ਸਮਾਂ ਦੱਸੇਗਾ ਲੇਕਿਨ ਇਹਨਾਂ ਦੋਨਾਂ ਪਾਰਟੀਆਂ ਦਾ ਅੱਜ ਗੱਠਜੋੜ ਹੋ ਗਿਆ ਹਲੇ ਹੋਰ ਪਾਰਟੀਆਂ ਬਥੇਰੀਆਂ ਬਣੀਆਂ ਨੇ ਉਹਨਾਂ ਦੇ ਗੱਠਜੋੜ ਕੀ ਕਿ ਦੇ ਨਾਲ ਆਉਂਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਟੋਲਸਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਲੋਕ ਹਿੱਤ ਦੇ ਵਿੱਚ ਫੈਸਲੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਉਹਨਾਂ ਵੱਲੋਂ ਐਲਾਨ ਕੀਤੇ ਜਾ ਰਹੇ ਨੇ ਲੋਕਾਂ ਦੇ ਵਿੱਚ ਵਿਚਰਦੇ ਹੋਏ ਦਿਖਾਈ ਦੇ ਰਹੇ ਨੇ ਇਸ ਦੇ ਚੱਲਦਿਆਂ ਹੀ ਪੰਜਾਬ ਸਰਕਾਰ ਵੱਲੋਂ ਚੰਨੀ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਉਹ ਇਹ ਹੈ ਕਿ ਹਰਿਆਣਾ ਸਰਕਾਰ ਦੀ ਤਰਜ਼ ਦੇ ਉੱਤੇ ਨੌਕਰੀਆਂ ਦੇ ਵਿੱਚ ਪਹਿਲ ਦੇ ਆਧਾਰ ਤੇ ਪੰਜਾਬੀਆਂ ਨੂੰ ਮੌਕੇ ਦਿੱਤੇ ਜਾਣਗੇ ਇਹ ਬਹੁਤ ਵੱਡੀ ਗੱਲ ਹੈ ਹੂੰ ਹੋਣੀ ਚਾਹੀਦੀ ਸੀ ਜੀ ਇਸ ਤੋਂ ਪਹਿਲਾਂ ਇਹਨਾਂ ਲੋਕਾਂ ਦਾ ਕਹਿਣਾ ਕੁਛ ਹੈ ਕਰਨਾ ਕੁਛ ਹੈ ਹੂੰ 2013 ਦੇ ਵਿੱਚ 225 ਦੇ ਕਰੀਬ 200 ਤੋਂ ਵੱਧ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬੰਦੇ ਭਰਤੀ ਕਰ ਲਏ ਆਪਦੀ ਸਿਕਿਉਰਿਟੀ ਦੇ ਵਿੱਚ ਉਹ ਸਾਰੇ ਪੰਜਾਬ ਤੋਂ ਬਾਹਰੋਂ ਨੇ ਜੀ 75 ਬੰਦੇ ਕੈਪਟਨ ਅਮਰਿੰਦਰ ਸਿੰਘ ਨੇ ਭਰਤੀ ਕਰ ਲਏ ਇਹ ਟੋਟਲ 300 ਆ ਹੂੰ ਉਹਨਾਂ ਨੇ ਕਰ ਲਏ ਇਹਦਾ ਜਵਾਬ ਕੋਈ ਨਹੀਂ ਸੁਖਵੀਰ ਸਿੰਘ ਬਾਦਲ ਇਹਦਾ ਕਦੇ ਜਵਾਬ ਨਹੀਂ ਦਿੰਦਾ ਵੀ ਪੰਜਾਬ ਪੰਜਾਬ ਦੀ ਪੁਲਿਸ ਹੂੰ ਸਭ ਤੋਂ ਅਹਿਮ ਤੇ ਇਹਨਾਂ ਨੇ ਇਹਨੂੰ ਡਰ ਲੱਗਦਾ ਪੰਜਾਬ ਵਾਲਿਆਂ ਤੋਂ ਬਾਹਰਲੇ ਪਾਸੋਂ ਭਰਤੀ ਕਰ ਲਈ ਜੀ ਇਹਨਾਂ ਦੇ ਵੇਲੇ ਹੀ ਬਿਜਲੀ ਬੋਰਡ ਦੇ ਵਿੱਚ ਕੁਝ ਭਰਤੀ ਹੋਈ ਇੱਕ ਐਚ ਆਰ ਡੀ ਡਾਇਰੈਕਟਰ ਸੀ ਬਾਹਰਲੇ ਰਾਜ ਦਾ ਹਮ ਉਹਨੇ ਦੋ ਵਾਰੀ 2.2 ਕਰੋੜ 5 ਕਰੋੜ ਰੁਪਿਆ ਖਰਚਤਾ ਤੇ ਭਰਤੀ ਵੇਲੇ ਬਾਹਰਲੇ ਬੰਦੇ ਆ ਗਏ ਆ ਹੁਣ ਵੀ ਜਿਹੜੀ ਬਿਜਲੀ ਬੋਰਡ ਨੇ ਭਰਤੀ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਪੰਜਾਬ ਦੇ ਮੁਕਾਬਲੇ ਹਮ ਪੰਜਾਬ ਦੇ ਸ਼ਾਇਦ 32 ਜਾਂ 33 ਬੰਦੇ ਨੇ 63 64 ਬੰਦੇ ਜਿਹੜੇ ਆ ਬਾਹਰਲੇ ਰਾਜਾਂ ਦੇ ਭਰਤੀ ਕਰ ਲਏ ਹਮ ਨਾ ਤਾਂ ਪੰਜਾਬੀਆਂ ਨੂੰ ਬਾਹਰ ਰੁਜ਼ਗਾਰ ਮਿਲੇ ਨਾ ਪੰਜਾਬੀਆਂ ਨੂੰ ਇੱਥੇ ਰੁਜ਼ਗਾਰ ਮਿਲੇ ਉਸ ਤੋਂ ਬਾਅਦ ਜਿਹੜਾ ਇਹ ਚਰਨਜੀਤ ਸਿੰਘ ਚੰਨੀ ਨੇ ਫੈਸਲਾ ਕੀਤਾ ਕਿ ਅਸੀਂ ਇਹਦਾ ਬੈਲ ਆ ਰਹੇ ਹਾਂ ਕਿ ਜਿਹੜੀ ਭਰਤੀ ਹੋਵੇਗੀ ਪੰਜਾਬ ਦੇ ਵਿੱਚ ਸਰਕਾਰੀ ਤੌਰ ਦੇ ਵਿੱਚ ਉਹਦੇ ਵਿੱਚ ਤਰਜੀਹ ਪੰਜਾਬੀਆਂ ਨੂੰ ਦਿੱਤੀ ਜਾਵੇਗੀ ਤਾਂ ਇਹ ਇੱਕ ਚੰਗਾ ਫੈਸਲਾ ਹੈ ਘੱਟੋ ਘੱਟ ਅਸੀਂ ਆਪਦੇ ਰਾਜ ਦੇ ਵਿੱਚ ਤਾਂ ਆਪਣਾ ਇਹ ਜਿਹੜੀ ਸਾਡੇ ਨੌਜਵਾਨਾਂ ਨੂੰ ਸਾਡੇ ਮੁੰਡਿਆਂ ਨੂੰ ਨੌਕਰੀਆਂ ਮਿਲਣਗੀਆਂ ਇਹ ਇੱਕ ਚੰਗਾ ਕਦਮ ਹੈ ਜਿਵੇਂ-ਜਿਵੇਂ ਚੰਗੇ ਕੰਮ ਚੰਨੀ ਸਾਹਿਬ ਕਰ ਰਹੇ ਨੇ ਉਹਦੇ ਵਿੱਚੋਂ ਇੱਕ ਚੰਗਾ ਕੰਮ ਇਹ ਵੀ ਹੈ ਇਹਦਾ ਸਵਾਗਤ ਕਰਨਾ ਬਣਦਾ ਹੈ ਟਿੱਲਰ ਸਾਹਿਬ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਣ ਲੱਗ ਗਈਆਂ ਸਨ ਇਜ਼ਾਫਾ ਕਾਫੀ ਕੀਤਾ ਗਿਆ ਸੀ ਉਹਨਾਂ ਦੇ ਵਿੱਚ ਪਰ ਜੜੀਆਂ ਕਟਾਈਆਂ ਗਈਆਂ ਕੀਮਤਾਂ ਬਹੁਤ ਹੀ ਘਟ ਨੇ ਰਾਹਤ ਕੁਝ ਜ਼ਰੂਰ ਮਿਲੀ ਹੈ ਲੋਕਾਂ ਨੂੰ ਇਸੇ ਦੇ ਚੱਲਦਿਆਂ ਹੀ ਹਰਿਆਣਾ ਦੇ ਨਿੱਜੀ ਪੈਟਰੋਲ ਪੰਪ ਨੇ ਉਹਨਾਂ ਨੇ ਹੜਤਾਲ ਕਰ ਦਿੱਤੀ ਹੈ ਜਿਸ ਤੋਂ ਬਾਅਦ ਦੇ ਵਿੱਚ ਸਰਕਾਰੀ ਪੰਪਾਂ ਦੇ ਉੱਤੇ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ ਨੇ ਲੋਕਾਂ ਦੀਆਂ ਪੈਟਰੋਲ ਡੀਜ਼ਲ ਪਵਾਉਣ ਵਾਸਤੇ ਇੱਕ ਤਾਂ ਹਰਿਆਣਾ ਦੇ ਮੁਕਾਬਲੇ ਡੀਜ਼ਲ ਤੇ ਪੈਟਰੋਲ ਹੋਰ ਪੰਜਾਬ ਚ ਸਸਤਾ ਹੋ ਗਿਆ। ਹੂੰ ਜਿਵੇਂ ਕਿਸੇ ਵੇਲੇ ਸਾਡੇ ਜਿਹੜੇ ਸਰਦੀ ਖੇਤਰ ਦੇ ਪੰਪ ਹੋਇਆ ਕਰਦੇ ਸਨ ਇਹ ਇਹਨਾਂ ਦੀ ਤਰਜੀਹ ਹਰਿਆਣਾ ਚੰਡੀਗੜ੍ਹ ਹੁੰਦੀ ਸੀ। ਹੂੰ ਉਹ ਹਰਿਆਣਾ ਚੰਡੀਗੜ੍ਹ ਚ ਜਾ ਕੇ ਡੀਜ਼ਲ ਭਰਾਇਆ ਜਾਂਦਾ ਸੀ। ਇਹਦੇ ਨਾਲ ਉਹਨਾਂ ਦੀਆਂ ਕੁਝ ਹੋਰ ਮੰਗਾਂ ਨੇ। ਇੱਕ ਉਹਨਾਂ ਦੇ ਕਮਿਸ਼ਨ ਦੀ ਮੰਗ ਵੀ ਹੈਗੀ ਹੈ। ਹੂੰ ਉਹ ਮੰਗਾਂ ਨੂੰ ਲੈ ਕੇ ਅੱਜ ਹਰਿਆਣਾ ਦੇ ਜਿਹੜੇ ਪੰਪ ਸੀ ਉਹਨਾਂ ਨੇ ਹੜਤਾਲ ਕੀਤੀ। ਜਿਵੇਂ ਸਾਡੇ ਵੀ ਇੱਕ ਵਾਰੀ ਹੜਤਾਲ ਦਾ ਕਹਿਤਾ ਸੀਗਾ ਜੀ ਸੋ ਉਹਦਾ ਨਤੀਜਾ ਇਹ ਨਿਕਲਿਆ ਕਿ ਜਿਹੜੇ ਕੰਪਨੀਆਂ ਦੇ ਪੰਪ ਸੀ ਹਾਂ ਜਾਂ ਜਿਹੜੇ ਪੰਜਾਬ ਦੀਆਂ ਹੱਦਾਂ ਤੇ ਪੰਪ ਹੋ ਨੇ ਪੰਜਾਬ ਖੇਤਰ ਚ ਉਹਨਾਂ ਦੇ ਉੱਤੇ ਲੰਬੀਆਂ ਲਾਈਨਾਂ ਲੱਗੀਆਂ ਉਹਨਾਂ ਦੀ ਅੱਜ ਵਿਕਰੀ ਬਹੁਤ ਹੋਈ ਹੈ ਸੋ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਪੰਪ ਮਾਲਕਾਂ ਦੀ ਗੱਲ ਸੁਣੇ ਪੰਪ ਮਾਲਕਾਂ ਦੀ ਗੱਲ ਸੁਣ ਕੇ ਉਹਦਾ ਕੋਈ ਫੈਸਲਾ ਕਰੇ ਨਹੀਂ ਤਾਂ ਇਸੇ ਤਰ੍ਹਾਂ ਇਹ ਕਟਨਾਮਾ ਜਿਵੇਂ ਅੱਜ ਲਾਈਨਾਂ ਲੱਗੀਆਂ ਨੇ ਕਦੇ ਹਰਿਆਣੇ ਦੇ ਵਿੱਚ ਵੀ ਐਸੀ ਤਰ੍ਹਾਂ ਲੱਗੀਆਂ ਨੇ ਤੇ ਸਾਡੇ ਵਾਲੇ ਉਹਨਾਂ ਵੱਲੋਂ ਵੇਖਦੇ ਹੁੰਦੇ ਸੀ ਅੱਜ ਉਹ ਸਾਡੇ ਵਾਲੇ ਪਾਸੇ ਨੂੰ ਦੇਖ ਰਹੇ ਨੇ ਕਿਉਂਕਿ ਜਿਹੜਾ ਵੈਟ ਹੈਗਾ ਉਹ ਪੰਜਾਬ ਨੇ ਡੀਜ਼ਲ ਪੈਟਰੋਲ ਤੇ ਹਰਿਆਣੇ ਤੋਂ ਕੱਟ ਕਰਦਾ ਹੈ ਜੀ ਡੇਲੋ ਸਾਹਿਬ ਨਵਜੋਤ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਉਹਨਾਂ ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਪਟੀਸ਼ਨ ਪਾਈ ਗਈ ਹੈ ਕੀ ਹੈ ਸਾਰਾ ਮਾਮਲਾ ਤੁਹਾਡੇ ਤੋਂ ਜਾਣਨਾ ਚਾਹਾਂਗੇ ਇਹ ਪਟੀਸ਼ਨ ਹਾਈ ਕੋਰਟ ਚ ਨਹੀਂ ਪਾਈ ਇਹ ਇੱਕ ਵਕੀਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨਾਲ ਸੰਬੰਧਿਤ ਪਰਮਪ੍ਰੀਤ ਸਿੰਘ ਬਾਜਪਾ ਉਹਨਾਂ ਨੇ ਐਡਵੋਕੇਟ ਜਨਰਲ ਹਰਿਆਣਾ ਦੇ ਕੋਲ ਪਾਈ ਹੈ ਜਿਹੜੀ ਉਹਨਾਂ ਨੇ ਅਕਸੈਪਟ ਕਰ ਲਈ ਹੈ ਤੇ ਕੱਲ ਨੂੰ ਇਹਦੀ ਸੁਣਵਾਈ ਹੋਣੀ ਹੈ ਉਸ ਤੋਂ ਬਾਅਦ ਡਿਸਾਈਡ ਹੋਏਗਾ ਕਿ ਇਹਨੂੰ ਅੱਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਉਣਾ ਹੈ ਜਾਂ ਨਹੀਂ ਪਾਉਣਾ ਉਹ ਪਰਪ੍ਰੀਤ ਸਿੰਘ ਬਾਜਵਾ ਆਪਣੀ ਗੱਲ ਦੇ ਵਿੱਚ ਇਹ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਜਦੋਂ ਵੀ ਭਾਵੇਂ ਨਸ਼ਿਆਂ ਦਾ ਮਾਮਲਾ ਹੋਵੇ ਕੋਈ ਹੋਰ ਹੋਵੇ ਤਾਂ ਉਹ ਟਵੀਟ ਤੇ ਟਵੀਟ ਕਰਕੇ ਜਿਹੜੇ ਮਾਨਯੋਗ ਜੱਜ ਸਾਹਿਬਾਨ ਨੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਉਹਨਾਂ ਤੇ ਪ੍ਰੈਸ਼ਰ ਬਿਲਡ ਕਰਨ ਦਾ ਯਤਨ ਕਰਦੇ ਨੇ ਜਿਹੜਾ ਕੰਟੈਂਪਟ ਆਫ ਕੋਰਟ ਬੰਦਾ ਭਾਵ ਕੋ ਅਦਾਲਤੀ ਮਾਨ ਰਹਾਨੀ ਦਾ ਕੇਸ ਬੰਦਾ ਕੱਲ ਫੈਸਲਾ ਹੋਣਾ ਹੈ ਕਿ ਇਹ ਇਹਦੇ ਤੇ ਐਡਵੋਕੇਟ ਜਰਨਲ ਹਰਿਆਣਾ ਦਾ ਜਿਹੜਾ ਕੀ ਫੈਸਲਾ ਹੁੰਦਾ ਉਹ ਇਹਨੂੰ ਅਸੈਪਟ ਕਰਕੇ ਅੱਗੇ ਇਹ ਮੰਨਦੇ ਆ ਕਿ ਇਹ ਕੇਸ ਪੰਜਾਬ ਤੇ ਹਰਿਆਣਾ ਕੋਰਟ ਵਿੱਚ ਚਲਾਇਆ ਜਾ ਸਕਦਾ ਹੈਗਾ ਸੋ ਇਹਦੇ ਤੇ ਦੇਖੋ ਅਦਾਲਤੀ ਟਿੱਪਣੀਆਂ ਤੋਂ ਬਚਣਾ ਚਾਹੀਦਾ ਜੀ ਅਦਾਲਤਾਂ ਅਜੇ ਵੀ ਸਾਡੇ ਵਿੱਚ ਸਰਵਉੱਚ ਨੇਗੀਆਂ ਅਸੀਂ ਅਜੇ ਵੀ ਸਾਨੂੰ ਅਦਾਲਤਾਂ ਤੋਂ ਆ ਸਕੇ ਅਦਾਲਤਾਂ ਵਿੱਚ ਕੁਝ ਨਾ ਕੁਝ ਪਾਵੇਂ ਕਈ ਫੈਸਲਿਆਂ ਤੇ ਅਦਾਲਤਾਂ ਤੇ ਵੀ ਟਿੱਪਰੀਆਂ ਹੁੰਦੀਆਂ ਨੇ ਕਈ ਫੈਸਲੇ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਰਾਜਨੀਤਿਕ ਤਬਾਅਚਾ ਉਹ ਉਦੋਂ ਹੁੰਦੇ ਆ ਜਦੋਂ ਜਿਹੜੇ ਸਾਡੇ ਨਿਆਇਕ ਅਧਿਕਾਰੀ ਨੇ ਉਹ ਰਾਜਨੀਤੀ ਦਾ ਪ੍ਰਭਾਵ ਕਬੂਲ ਕੇ ਉਸ ਤਰ੍ਹਾਂ ਦੇ ਫੈਸਲੇ ਕਰਦੇ ਨੇ ਔਰ ਆਪਣੀਆਂ ਜੇ ਮੁੱਖ ਜੱਜ ਵਰਗਾ ਬੰਦਾ ਵੀ ਬਾਦ ਦੇ ਵਿੱਚ ਰਾਜ ਸਭਾ ਕਬੂਲ ਲਵੇ ਤਾਂ ਫਿਰ ਉਦੋਂ ਇਸ ਤਰ੍ਹਾਂ ਦੀਆਂ ਟਿੱਪਰੀਆਂ ਆਉਂਦੀਆਂ ਨੇ ਕਿ ਜਿਨ੍ਹਾਂ ਮੁੱਖ ਜੱਜ ਸਾਰੇ ਹਿੰਦੁਸਤਾਨ ਸਾਰੇ ਭਾਰਤ ਦੇ ਵਿੱਚ ਇੱਕੋ ਹੀ ਹੈ ਸਭ ਰੋਗੋੜ ਦਾ ਜੇ ਉਹ ਵੀ ਬਾਤ ਦੇ ਵਿੱਚ ਫੇਰ ਲਾਲਸਾ ਰੱਖਣ ਨੌਕਰੀਆਂ ਦੀ ਤੇ ਅਗਲੇ ਆਉਧਿਆਂ ਦੀ ਤਾਂ ਉਦੋਂ ਇਹ ਆਉਂਦਾ ਹੁਣ ਕੱਲ ਪਤਾ ਲੱਗੇਗਾ ਕਿ ਨਵਜੋਤ ਸਿੰਘ ਸਿੱਧੂ ਤੇ ਗਾਜ ਡਿਗਦੀ ਹੈ ਜਾਂ ਨਹੀਂ ਡਿਗਦੀ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਮਾਮਲੇ 'ਚ ਆਬਾਦ ਦੇਖਣਾ ਤੇ ਜਿਹੜਾ ਏਪੀਐਸ ਦਿਉਲ ਵਾਲੇ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਟਿੱਪਣੀਆਂ ਕੀਤੀਆਂ ਸੀ ਅਜੇ ਤੱਕ ਨਵਾਂ ਐਡਵੋਕੇਟ ਜਨਰਲ ਲਾਇਆ ਨਹੀਂ ਗਿਆ ਇਹ ਸਾਰਾ ਉਸ ਦੇ ਸਦਰਬ ਦੇ ਵਿੱਚੋਂ ਨਿਕਲ ਕੇ ਆਏ ਟੀਲ ਸਾਹਿਬ ਕਿਸਾਨੀ ਸੰਕਟ ਕਿਸ ਤਰ੍ਹਾਂ ਕਿਤੇ ਆਉਂਦਾ ਨਜ਼ਰ ਆਉਂਦਾ ਹੈ ਹੁਣ ਡੀਏਪੀ ਦੀ ਜਿਹੜੀ ਘਾਟ ਉਹ ਵੀ ਕਿਸਾਨਾਂ ਵਾਸਤੇ ਪਰੇਸ਼ਾਨੀਆਂ ਦਾ ਸਬਬ ਬਣਦੀ ਹੋਈ ਨਜ਼ਰ ਆ ਰਹੀ ਐ ਇਸੇ ਦੇ ਚੱਲਦਿਆਂ ਡੀਏਪੀ ਦੀ ਘਾਟ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦਿਆਂ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਰਣਦੀਪ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸੰਪਰਕ ਸਾਧ ਰਹੇ ਹਾਂ ਕੇਂਦਰੀ ਏਜੰਸੀਆਂ ਨਾਲ ਕੇਂਦਰ ਦੇ ਨਾਲ ਦੇਖੋ ਜਿਹੜੀ ਪੰਜਾਬ ਸਰਕਾਰ ਆ ਉਹਦੀ ਜਿਹੜੀ ਉਮਰ ਹੈ 45 47 ਦਿਨ ਹੈ ਹੂੰ ਇਨਾਂ ਤੇ ਓਡਾ ਵੱਡਾ ਦੋਸ਼ ਨਹੀਂ ਦਿੱਤਾ ਜਾ ਸਕਦਾ ਜਿੰਨਾ ਪਿਛਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਤੇ ਜਿਆਦਾ ਤੇ ਖੁਦ ਖੇਤੀਬਾੜੀ ਉਹਨਾਂ ਕੋਲ ਸੀ ਹੂੰ ਇਹ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਇਹ ਨਾ ਹੋਵੇ ਕਿ ਵਿਹੜੇ ਬੈਠੀ ਜੰਜ ਬਿੰਨੋ ਕੁੜੀ ਦੇ ਕੰਨ ਬਿਲਕੁਲ ਜੀ ਮੈਨੂੰ ਲੱਗਦਾ ਕਿ ਕਿਸਾਨੀ ਸੰਘਰਸ਼ ਕਰਕੇ ਕੇਂਦਰ ਵਾਲੇ jaan ਬੁੱਝ ਕੇ ਰਾਜਾਂ ਦੀ ਬਾਹ ਮਰੋੜਦੇ ਆ ਹੂੰ ਚਲੋ ਸਾਡੇ ਤਾਂ ਕਾਂਗਰਸ ਦੀ ਸਰਕਾਰ ਹਰਿਆਣਾ ਦੀ ਤਾਂ ਬੀਜੇਪੀ ਦੀ ਹੈ ਜੀ ਕੇਂਦਰ ਚ ਵੀ ਬੀਜੇਪੀ ਹੈ ਇਹ ਡੀਏਪੀ ਦੀ ਸਮੱਸਿਆ ਉੱਥੇ ਵੀ ਆਈ ਵੀ ਹੈ ਹੂੰ ਸੋ ਸਰਕਾਰਾਂ ਨੂੰ ਚਾਹੀਦਾ ਇਹ ਹੈ ਕਿ ਅਗਾਊਂ ਪ੍ਰਬੰਧ ਕਰੋ ਹੁਣ ਅੱਗੇ ਜਦੋਂ ਅਪ੍ਰੈਲ ਦੇ ਵਿੱਚ ਕਣਕ ਕੱਟੀ ਜਾਵੇਗੀ ਜੀ ਤੇ ਮਈ ਜੂਨ ਦੇ ਵਿੱਚ ਝੋਨਾ ਬੀਜਣਾ ਉਦੋਂ ਫੇਰ ਸਮੱਸਿਆ ਆਉਣੀ ਹੈ ਤਾਂ ਜਿੰਨਾ ਕੁ ਸਮਾਂ ਸਰਕਾਰ ਕੋਲੇ ਹੈਗਾ ਉਸ ਤਰ੍ਹਾਂ ਦੇ ਪ੍ਰਬੰਧ ਕਰੋ ਇਹ ਕਾਕਾ ਰਣਦੀਪ ਸੋਹਰੀ ਕਹਿੰਦੇ ਨੇ ਕਿ ਮੈਂ ਜਿਹੜੇ ਕੇਂਦਰੀ ਖਾਦ ਮੰਤਰੀ ਨੇ ਖਾਦਾਂ ਦੇ ਮੰਤਰੀ ਨੇ ਉਹਨਾਂ ਨਾਲ ਤੇ ਹੋਰ ਨਾਲ ਨਾਲ ਸੰਪਰਕ ਸਾਧਿਆ ਕਈ ਉੱਚ ਅਧਿਕਾਰੀਆਂ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਜੀ ਤਾਂ ਜੋ ਉਹ ਕਹਿੰਦੇ ਆ ਕਿ ਥੋੜੇ ਦਿਨਾਂ ਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਇਹ ਸਮੱਸਿਆ ਖਤਮ ਹੋ ਜਾਵੇਗੀ ਅਦਰਵਾਈਜ਼ ਵੀ ਇਹ ਸਮੱਸਿਆ ਹਫਤੇ ਦੀ ਹੈ ਹਫਤੇ ਦੇ ਵਿੱਚ ਵਿੱਚ ਬਜਾਈ ਹੋ ਜਾਣੀ ਹੈ ਉਦੋਂ ਬਾਅਦ ਤਾਂ ਫਿਰ 6 ਮਹੀਨੇ ਹੁੰਦੇ ਹੀ ਇਹ ਹੈ ਜਦੋਂ ਕੰਮ ਹੁੰਦਾ ਹੈ ਹੜਾ ਹੈ ਜਦੋਂ ਆਗੇ ਉਦੋਂ ਫੈਲਾ ਖੁੱਲੇ ਜਾਣਗੇ ਉਦੋਂ ਬਾਅਦ ਐਨ ਰਾਮ ਨਾਲ ਸੌਂ ਜਾਂਦੇ ਨੇ ਇਹ ਡੀਸੀ ਦਫ਼ਤਰਾਂ ਦੇ ਵਿੱਚ ਸਾਈਕਲੋਸਟਾਈਲ ਪ੍ਰੈਸ ਨੋਟ ਬਣੇ ਨੇ ਆ ਬੁਲਟਾ ਦੇ ਪਟਾਕੇ ਦੀ ਵਜਾਉਣੇ ਇਹ ਬਠਿੰਡਾ ਜਿਹੜਾ ਨਾਬਾ ਬੋਟਲਿੰਗ ਪੁਆਇੰਟ ਹੈ ਉਹਦੇ ਕੋਲੇ ਪਤੰਗੜੀ ਚੜਾਉਣੇ ਜਹਾਜ਼ਾਂ ਦੇ ਏਵੀਏਸ਼ਨ ਕਲੱਬਾਂ ਕੋਲੇ ਨਾਬਾ ਬੋਟਲਿੰਗ ਪਲਾਂਟ ਦੇ ਨੇੜੇ ਜਲਨਸ਼ੀਲ ਵਸਤੂ ਨਹੀਂ ਚਲਾਉਣੀ ਉਹ ਸਾਈਕਲੋ ਸਟਾਈਲ ਨੇ ਲੋਕਾਂ ਦੀਆਂ ਡਿਊਟੀਆਂ ਕਈ ਬੰਦੇ 3-3 ਸਾਲ ਹੋ ਗਏ ਰਿਟਾਇਰ ਹੋયા ਨੂੰ ਉਹਨਾਂ ਨੂੰ ਅਜੇ ਵੀ ਆ ਜਾਂਦੀ ਹੈ ਥੋੜੀ ਸਰ ਫਲਾਣੇ ਤੋਂ ਡਿਊਟੀ ਲੱਗੀ 26 ਜਨਵਰੀ ਤੇ ਜਾਂ 15 ਅਗਸਤ ਤੇ ਸਾਡੇ ਇੱਕ ਐਕਸੀਡੈਂਟ ਦੋਸਤ ਨੇ ਲੁਧਿਆਣੇ ਤੋਂ ਰਿਟਾਇਰ ਹੋਏ ਨੇ ਉਹਨਾਂ ਨੂੰ 3 ਸਾਲ ਹੋ ਗਏ ਰਿਟਾਇਰ ਹੋયા ਨੂੰ ਆ ਜਿਹੜਾ 15 ਅਗਸਤ ਦਾ ਲੰਘ ਕੇ ਗਿਆ ਹੁਣ ਵੀ ਆਇਆ ਥੋ ਹੂੰ ਭਾਵ ਰਿਵਿਊ ਕਰਦੇ ਹੀ ਨਹੀਂ ਉਹ ਦੁਬਾਰਾ ਸਾਈਕਲੋਸਟਾਈਲ ਉਸੇ ਤਰ੍ਹਾਂ ਕੀਤਾ ਜਾਂਦਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਉਹਨਾਂ ਨੇ ਵਾਕਈ ਰਾਤਾਂ ਦੇਣੀਆਂ ਨੇ ਤਾਂ ਸਮੇਂ ਸਿਰ ਕਦਮ ਚੱਕਣ ਜੇ ਸਮੇਂ ਸਿਰ ਕਦਮ ਚੱਕੇ ਹੁੰਦੇ 45 ਦਿਨ ਇਹਨਾਂ ਵਾਸਤੇ ਵੀ ਬਹੁਤ ਸੀ ਪਤਾ ਸੀ ਡੀਏਪੀ ਦੀ ਸਮੱਸਿਆ ਆਉਣੀ ਆ ਇਹਨੂੰ ਸਮੇਂ ਸਿਰ ਚੱਕਿਆ ਜਾਂਦਾ ਜਿਹੜੇ ਚੱਕਿਆ ਨਹੀਂ ਗਿਆ ਹੁਣ ਵੀ ਇਹ ਜਿਹੜੀ ਜਮਾਖੋਰੀ ਹੈ ਨਾ ਇਹ ਜਮਾਖੋਰੀ ਸਾਰੇ ਸਿਆਪੇ ਪਉਂਦੀ ਹੈ ਜਿਹਦੇ ਤੋਂ ਵੀ ਜੇ ਜਮਾਖੋਰੀ ਕਰ ਲਈ ਬੱਲੋ ਕੋਈ 1000 ਘਟਾਏ 300 ਰੁਪਏ ਨੂੰ ਵੱਧ ਵੇਚ ਗਿਆ ਤਾਂ ਦੇਖ ਲਓ ਕਿੰਨੇ ਪੈਸੇ ਉਹਦੇ ਬਣ ਜਾਣੇ ਆ ਬਿਲਕੁਲ ਜੀ ਟੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵੱਖ-ਵੱਖ ਮੁੱਦਿਆਂ ਤੇ ਆਪਣਾ ਪ੍ਰਤੀਕਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨ ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਜਿਹੜਾ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਨੂੰ ਇੰਨਾ ਪਸੰਦ ਕਰ ਰਹੇ ਨੇ ਪਿਆਰ ਦੇ ਰਹੇ ਨੇ ਇਸ ਨੂੰ ਵਾਤੋ-ਵਾਤ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਇੱਕ ਮੇਰੀ ਵੀ ਸੁਣੋ ਰੋਜ਼ਾਨਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਨੇ ਆ ਤੇ ਨਾਲ ਹੀ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਜਾ ਕੇ ਕਲਿੱਕ ਕਰੋ ਘੰਟੀ ਦੇ ਨਿਸ਼ਾਨ ਤੇ ਕਲਿੱਕ ਕਰੋਗੇ ਤਾਂ ਹਰ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇਗਾ ਕੱਲ ਇਸੇ ਤਰ੍ਹਾਂ ਹੋਰ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਧੰਨਵਾਦ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com ਕਾਨੂੰਨ ਜਾਇਦਾਦ ਦਾ